ਜੇ ਉਹ ਅਫਸਰ ਕਹਿੰਦੇ ਨੇ ਸਾਡੀ ਮਜਬੂਰੀ ਹੈ, ਕਿਸਾਨ ਵੀ ਕਹੀ ਜਾਂਦੇ ਨੇ ਸਾਡੀ ਕੋਈ ਮਜਬੂਰੀ ਹੈ, ਅਲਟਰਨੇਟਿਵ ਇਹਨਾਂ ਕੋਲੋਂ ਕੋਈ ਨਿਕਲ ਰਿਹਾ, ਇਸ ਕਰਕੇ ਭੱਬਲ ਭੂਸੇ 'ਚ ਪਈ ਹੋਈ ਆ ਸਰਕਾਰ ਵੀ ਅਤੇ ਲੋਕ। ਪੰਜਾਬ ਵਿੱਚ ਪਰਾਲੀ ਸਾੜਨਾ ਜਾਰੀ ਹੈ, ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਇਸ ਵਿੱਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਹੈ। ਕਈ ਵਾਰ ਜਦੋਂ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਨ ਲਈ ਟੀਮਾਂ ਪਹੁੰਚਦੀਆਂ ਨੇ ਤਾਂ ਕਿਸਾਨਾਂ ਵੱਲੋਂ ਉਹਨਾਂ ਦਾ ਘਿਰਾਅ ਕੀਤਾ ਜਾਂਦਾ ਹੈ। ਕਿਸਾਨ ਆਪਣੇ ਤਰਕ 'ਤੇ ਕਾਇਮ ਹਨ ਕਿ ਪਰਾਲੀ ਸਾੜਨਾ ਉਹਨਾਂ ਦੀ ਮਜਬੂਰੀ ਹੈ, ਕਿਉਂਕਿ ਸਰਕਾਰ ਨੇ ਅਜੇ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਹੈ। ਪਹਿਲੀ ਗੱਲ ਤਾਂ ਅਸੀਂ ਪਰਾਲੀ ਸਾੜਨਾ ਨਹੀਂ ਚਾਹੁੰਦੇ, ਅਸੀਂ ਪ੍ਰਦੂਸ਼ਣ ਦੇ ਬਹੁਤ ਖਿਲਾਫ ਹਾਂ, ਪਰ ਅਸੀਂ ਕਿੰਨੇ ਚਿਰ ਤੋਂ ਅਪੀਲਾਂ ਕਰ ਰਹੇ ਹਾਂ ਸਰਕਾਰ ਨੂੰ ਵੀ ਇਹਦਾ ਕੋਈ ਸਾਨੂੰ ਅਲਟਰਨੇਟਿਵ ਦਿਓ, ਇਹਦਾ ਕੋਈ ਹੱਲ ਕੱਢੋ। ਸਰਕਾਰ ਤੋਂ ਕੋਈ ਹੱਲ ਨਹੀਂ ਕੱਢਿਆ ਗਿਆ ਇਹਦਾ, ਸਰਕਾਰ ਨੇ ਯਾਨੀ ਇੱਕੋ ਹੀ ਹੱਲ ਕੱਢਿਆ ਇਹਦਾ ਵੀ ਡਾਂਗ ਦੇ ਜ਼ੋਰ ਨਾਲ ਪਰਾਲੀ ਫੂਕਣੀ ਬੰਦ ਕਰਾਉਣੀ ਹੈ। 2.5 ਏਕੜ ਵਾਲਿਆਂ ਕੋਲ ਸਾਧਨ ਨਹੀਂ, ਜਿਨ੍ਹਾਂ ਕੋਲ ਸਾਧਨ ਨੇ ਉਹਨਾਂ ਨੂੰ ਇਹ ਰਿਆਇਤ ਨਹੀਂ ਮਿਲਣੀ 100 ਰੁਪਇਆ ਕੁਇੰਟਲ ਵਾਲੀ, ਇਸ ਅੱਗ ਨੂੰ ਯਾਨੀ ਕੋਈ ਰੋਕਣ ਦਾ ਮਤਲਬ ਨਹੀਂ ਬਣਦਾ, ਇਹਦਾ ਮਤਲਬ ਇਹ ਹੈ ਵੀ ਸਰਕਾਰ ਨੇ ਕਿਸੇ ਨੂੰ ਧੇਲਾ ਨਹੀਂ ਦੇਣਾ। ਸੰਗਰੂਰ ਜ਼ਿਲ੍ਹੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਝੋਨੇ ਦਾ ਰਕਬਾ ਮੰਨਿਆ ਜਾਂਦਾ ਹੈ। ਉੱਥੇ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ 200 ਦੇ ਕਰੀਬ FIR ਦਰਜ ਹੋਈਆਂ ਨੇ, ਜੁਰਮਾਨੇ ਵੀ ਲਗਾਏ ਗਏ ਨੇ, ਪਰ ਨਾਲ ਹੀ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਗੱਲ ਵੀ ਉਹ ਕਹਿ ਰਹੇ ਨੇ। ਇਹ ਯੂਨੀਅਨ ਵੱਲੋਂ ਡਿਮਾਂਡ ਰੱਖੀ ਗਈ ਹੈ ਜਿਹੜੀ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ, ਵੀ ਇਹ ਕਹਿੰਦੇ ਵੀ ਸਾਨੂੰ 200 ਰੁਪਏ ਕੁਇੰਟਲ ਜੇਕਰ ਮਿਲਦਾ ਹੈ ਅਤੇ ਸਾਡਾ ਪੂਰਾ ਖਰਚਾ ਪੈਂਦਾ ਹੋਵੇ, ਫਿਰ ਅਸੀਂ ਗਰੰਟੀ ਲੈਂਦੇ ਹਾਂ, ਅਸੀਂ ਕਿਸੇ ਵੀ ਕਿਸਾਨ ਨੂੰ ਨਹੀਂ ਮੋਟੀਵੇਟ ਕਰਾਂਗੇ ਅਤੇ ਨਾਲੇ ਸਗੋਂ ਪ੍ਰਸ਼ਾਸਨ ਦੀ ਮਦਦ ਕਰਾਂਗੇ ਵੀ ਉਹ ਆਈਡੈਂਟੀਫਾਈ ਕਰਨ ਵੀ ਕਿਹਨਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ। ਮੈਂ ਕਿਸਾਨ ਯੂਨੀਅਨ ਨੂੰ ਵੀ ਕਿਹਾ ਹੈ ਕਿ ਤੁਸੀਂ ਜਿੱਥੇ ਵੀ ਸਾਡੀ ਕੋਈ ਫੀਲਡ ਦੇ ਵਿੱਚ ਟੀਮ ਜਾਂਦੀ ਹੈ ਉਹਨਾਂ ਦਾ ਬਿਲਕੁਲ ਘਿਰਾਓ ਨਾ ਕੀਤਾ ਜਾਵੇ, ਕਿਉਂਕਿ ਇਸ 'ਚ ਮੈਂ ਇਨਸ਼ੋਰ ਕਰਾਉਣਾ ਚਾਹੁੰਦਾ ਅਤੇ ਸਾਨੂੰ ਉੱਤੋਂ ਵੀ ਪ੍ਰੋਪਰ ਸਾਰਿਆਂ ਨੂੰ ਸਿਵਲ ਪੁਲਿਸ ਮਹਿਕਮੇ ਨੂੰ ਹਦਾਇਤਾਂ ਨੇ ਕਿ ਜਿੱਥੇ ਵੀ ਟੀਮ ਦਾ ਘਿਰਾਓ ਕੀਤਾ ਜਾਂਦਾ ਤਾਂ ਪਰਚਾ ਜ਼ਰੂਰ ਦਿੱਤਾ ਜਾਵੇ। ਐਂਡ ਇਹ ਨੋਨ ਅਵੇਲੇਬਲ ਓਫੈਂਸ ਹੈ ਅਤੇ ਇਹਦੇ ਵਿੱਚ ਅਰੈਸਟ ਵੀ ਦਾ ਵੀ ਪ੍ਰੋਵੀਜ਼ਨ ਹੈ ਅਤੇ ਇਸ ਕਰਕੇ ਇਸ 'ਤੇ ਉਹਨਾਂ ਨੂੰ ਗਰੇਜ ਕਰਨ ਲਈ ਕਿਹਾ ਗਿਆ। ਓਫੀਸ਼ੀਅਲ ਨੇ ਜਿਹੜੇ ਉਹਨਾਂ ਦੇ ਪਿੰਡ ਪੱਧਰ ਦੇ ਉੱਤੇ ਡਿਊਟੀਆਂ ਲਗਾਈਆਂ ਗਈਆਂ ਨੇ, ਅਗਰ ਕਿਤੇ ਵੀ ਕੋਈ ਵੀ ਕੇਸ ਕਿਤੇ ਕੋਈ ਸਾਹਮਣੇ ਆਉਂਦਾ ਕਿ ਕੋਈ ਆਪਣਾ ਬਰਨਿੰਗ ਦਾ ਤਾਂ ਉੱਥੇ ਉਹ ਸੰਬੰਧਿਤ ਕਰਮਚਾਰੀ ਜਾ ਕੇ ਉਹਦੀ ਰਿਪੋਰਟ ਹੈ ਜਿਹੜੇ ਉਹ ਕਲਸਟਰ ਆਫੀਸਰ ਨੂੰ ਕਰਦੇ ਨੇ ਅਤੇ ਕਲਸਟਰ ਆਫੀਸਰ ਜਿਹੜਾ ਉਹਦਾ ਮਤਲਬ ਵੀ ਆਪਣਾ ਜੋ ਵੀ ਜੁਰਮਾਨਾ ਉਹਦਾ ਬਣਦਾ ਉਸ ਦੇ ਮੁਤਾਬਕ ਜਿਹੜਾ ਹੈਗਾ ਉਹ ਚਲਾਨ ਕੱਟਦੇ ਆ। ਠੀਕ ਹੈ, ਇੱਕਾ ਦੁੱਕਾ ਕਿਤੇ ਘਟਨਾਵਾਂ ਜ਼ਰੂਰ ਹੋ ਜਾਂਦੀਆਂ ਨੇ, ਕਿਤੇ ਮਤਲਬ ਵੀ ਕੋਈ ਕਿਸਾਨ ਮਤਲਬ ਵੀ ਜਿਹੜੇ ਅਧਿਕਾਰ ਮਤਲਬ ਅਧਿਕਾਰੀਆਂ ਦਾ ਕਰਮਚਾਰੀਆਂ ਦਾ ਘਿਰਾਓ ਕਰ ਲੈਂਦੇ ਆ, ਅਤੇ ਚਲੋ ਉਹ ਉਹਨਾਂ ਨੇ ਆਪਣਾ ਮਤਲਬ ਵੀ ਉਹ ਕਰਨਾ ਅਤੇ ਪਰੰਤੂ ਜਿਹੜਾ ਸਾਡਾ ਕੰਮ ਆ ਅਵੇਅਰਨੈਸ ਦਾ ਉਹ ਵਿਭਾਗ ਵੱਲੋਂ ਮਤਲਬ ਵੀ ਉਹ ਬਾਖੂਬੀ ਮਤਲਬ ਕੀਤਾ ਜਾ ਰਿਹਾ।